ਮੈਂ ਗਵਰਨਰ ਜਿਸ ਬਿਲਾਵਲ ਸਾਹਿਬ ਨੂੰ ਆਖਿਆ ਤੇ ਮੈਂ ਇਸਲਾਮਾਬਾਦ ਕਲੱਬ ਚ ਗਿਆ ਤੇ ਸਭ ਤੋਂ ਪਹਿਲੇ ਮੈਂ ਮਾਲਿਕ ਅੱਗੇ ਆਪਣਾ ਨੱਕ ਰਗੜਿਆ। ਉਸ ਮੈਂ ਮਾਲਿਕ ਆਖਿਆ ਕਿ ਮੈਂ ਇਤਨੀ ਜਾਨ ਨਹੀਂ ਜਿਤਨੀ ਮਿਹਰਬਾਨੀ ਤੁਸੀਂ ਮੇਰੇ ਤੇ ਕਰ ਦਿੱਤੀ, ਕਿਉਂਕਿ ਮੈਂ ਮੰਗਿਆ ਤੁਹਾਡੇ ਕੋਲ ਖੁਦਾਏ ਬਜ਼ੁਰਗੋ ਬਰਤਰ ਕੋ ਮੰਗਿਆ, ਰਸੂਲ ਖੁਦਾ ਕੋ ਮੰਗਿਆ, ਔਲਾਦੇ ਰਸੂਲ ਕੋ ਮੰਗਿਆ, ਲੇਕਿਨ ਬੰਦੇ ਕਿਸੇ ਕੋ ਨਹੀਂ ਮੰਗਿਆ, ਨਾ ਆਸਿਫ ਅਲੀ ਜ਼ਰਦਾਰੀ ਕੋ ਮੰਗਿਆ, ਨਾ ਬਿਲਾਵਲ ਭੁੱਟੋ ਕੋ ਮੰਗਿਆ। ਮੇਰੇ ਦੋਸਤਾਂ ਕਿਹਾ ਕਿ ਆ ਇਸਲਾਮਾਬਾਦ ਦੇ ਅੰਦਰ ਅਸੀਂ ਗਵਰਨਰਸ਼ਿਪ ਵਾਸਤੇ ਲਾਬਿੰਗ ਕਰਨੇ ਆ, ਔਰ ਜਿਹੜੇ ਸੀਨੀਅਰ ਪੀਪਲਸ ਪਾਰਟੀ ਦੇ ਲੋਕ ਹਨ ਉਹਦੇ ਕੋਲ ਅਸੀਂ ਪਾਰਟੀਆਂ ਖਵਾਨੇ ਆ, ਤੇ ਮੈਂ ਉਹਨਾਂ ਕਿਹਾ ਕਿ ਤੁਸੀਂ ਆਪਣੀ ਗਵਰਨਰੀ ਦੀ ਲਾਬਿੰਗ ਕਰੋ, ਮੈਂ ਜਿੱਥੇ ਲਾਬਿੰਗ ਕਰਨੀ ਉੱਥੇ ਕਰ ਦੋਗੀ। ਕਿ ਖੁਦਾ ਗਵਾਹ ਹੋਵੇ ਕਿ ਜਿਵੇਂ ਮੈਂ ਇਲੈਕਸ਼ਨ ਦੇ ਅੰਦਰ ਇੱਥੇ ਫਿਰਨੋਸ, ਔਰ ਜਿਵੇਂ ਇੱਥੇ ਗਰੀਬ ਲੋਕ ਮੈਂ ਮਾਰੇ ਦਵਾਈ ਕਰੇਂਦੇ ਆ, ਜਿਵੇਂ ਉਹਦੀਆਂ ਮਾਵਾਂ ਉਹਨਾਂ ਦੀਆਂ ਮਾਵਾਂ ਅੱਲਾ ਨੇ ਹੁਕਮ ਨਾ ਉਹ ਮੈਂ ਮਾਰੇ ਤਰਜਤਾਂ ਤੇ ਉੱਠ ਕੇ ਦਵਾਈ ਕਰੇਂਦੀਆਂ ਆ, ਤੇ ਮਾਂ ਆਪ ਆ ਕਿੰਨੀ ਹੈ ਤੂੰ ਸਾਡਾ ਪੁੱਤ ਹੋਇਆ ਸੀ ਕੋਲ ਨੇ ਮਾਰੇ ਤਰਜਤ ਤੇ ਦੁਆ ਕੀਤੀ, ਤੇ ਮੈਂ ਆਖ ਰੋਸ ਕੇ ਇਸ ਦਫ਼ਾ ਜਿਹੜੀਆਂ ਮੁਹੱਬਤਾਂ ਜਿਹੜੀਆਂ ਦੁਆਵਾਂ ਮੈਂ ਇਲੈਕਸ਼ਨ ਹਾਰ ਨਾ ਸਕਦਾ। ਇਲੈਕਸ਼ਨ ਚ ਹਾਰੇ ਆ ਜਾਂ ਗਏ ਆ ਹੁਣ ਉਹ ਸੋਹਦੇ ਤੇ ਬੈਠੇ ਹੋਏ ਉਸ ਤੇ ਗੱਲ ਨਾ ਕਰ ਸਕਦੇ, ਨਾ ਕਰਨਾ ਚਾਹੁੰਦੇ ਆ, ਕਿਉਂਕਿ ਪ੍ਰੈਸ ਕਾਨਫਰੰਸ ਚ ਮੈਂ ਹੋਰ ਸਾਫੀਆ ਪੁੱਛਿਆ ਬਈ ਅਟਕ ਤਾਂ ਤੁਸੀਂ ਇੰਜ ਪ੍ਰੈਸ ਕਾਨਫਰੰਸ ਕੀਤੀ ਤੇ ਇੰਜ ਕੀਤਾ ਜੂ ਕੀਤਾ। ਮੈਂ ਉਹਨਾਂ ਆਖਿਆ ਕਿ ਇਲੈਕਸ਼ਨ ਦੇ ਦੌਰਾਨ ਤੇ ਇਲੈਕਸ਼ਨ ਤੋਂ ਬਾਅਦ ਹੁਣ ਗੱਲਾਂ ਅਟਕਣੀਆਂ ਅਟਕ ਰਹਿ ਗਈਆਂ, ਹੁਣ ਮੈਂ ਲਾਹੌਰ ਆ ਰਿਹਾ ਮੈਂ ਲਾਹੌਰ ਦੀਆਂ ਗੱਲਾਂ ਕਰੋ ਕਿ ਮੁਮਕਿਨ ਨਹੀਂ ਹੈ ਕਿ ਜਿਹੜੇ ਹਜ਼ਾਰਾਂ ਮਾਵਾਂ ਭੈਣਾਂ ਮੈਂ ਮਾਰੇ ਦੁਨੀਆਂ ਚਾਹ ਚਾਹ ਕੇ ਦੁਆਈ ਕੀਤੀਆਂ ਹਨ ਤੇ ਮੈਂ ਇਲੈਕਸ਼ਨ ਹਾਰ ਗਈਆਂ, ਲੇਕਿਨ ਉਹ ਅੱਲਾ ਨਾਰਾਜ਼ ਆਇਆ। ਮੈਂ ਉਸ ਵੇਲੇ ਪਤਾ ਲੱਗਾ ਕਿ ਜਿਵੇਂ ਸਿਗਨਲ ਆਉਣੇ ਸ਼ੁਰੂ ਹੋ ਗਏ ਕਿ ਮੈਂ ਤਾਂ ਸ਼ਾਇਦ ਗਵਰਨਰ ਬਣਨ ਲੱਗਾ, ਇਮਤਿਹਾਨ ਹੈ ਔਰ ਮੈਂ ਤੁਸਾਂ ਯਾਦ ਕਰੋ ਤੁਸਾਂ ਹੀ ਪਤਾ ਮੈਂ ਸਿਆਸਤ ਸ਼ੁਰੂ ਕੀਤੀ ਤੇ ਤੁਹਾਡੀ ਗਮੀ ਤੁਹਾਡੀ ਖੁਸ਼ੀ ਤੁਹਾਡੀ ਮੁਸ਼ਕਲ ਤੁਹਾਡੀ ਆਸਾਨੀ ਚ ਤੁਸਾਂ ਆਵਾਜ਼ ਮਾਰੀ ਤੇ ਮੈਂ ਕੋਸ਼ਿਸ਼ ਕੀਤੀ ਮੈਂ ਤੁਹਾਡੇ ਮੋਢੇ ਨਾਲ ਖੜਾ ਹੋਣੀ, ਤੇ ਹੁਣ ਅਸਾਂ ਲੱਭਸੀ ਜਾਂ ਨਾ ਲੱਭਸੀ ਯਕੀਨ ਕਰੋ ਅਗਰ ਜਾਣਦੇ ਉਸ ਕੋਨੇ ਚ ਜਾਂ ਫਤਿਹ ਜਾਣਦੇ ਉਸ ਕੋਨੇ ਚ ਜਾਂ ਪਿੰਡੀ ਗੇਮ ਨੇ ਉਸ ਕੋਨੇ ਚ ਕਿਸੇ ਗਰੀਬ ਆਦਮੀ ਕੰਡਾ ਪੁਰਸੀ ਤੇ ਮਾਂ ਲਾਹੌਰ ਦਰਦ ਮਹਿਸੂਸ ਹੋ ਖਾਨ ਸਾਹਿਬ ਜਨਾਬ ਜ਼ੁਲਫਕਾਰ ਆ ਖਾਨ ਸਾਹਿਬ ਬ੍ਰਾਹਮੇ ਦੇ ਸਾਡੇ ਇਸਤਕਬਾਲ ਕੀਤਾ ਇੰਨੇ ਉਣੰਜਾ ਨੇ ਜਨਾਬ ਖੁਰਮ ਸਾਹਿਬ ਇਹਨਾਂ ਮੈਂ ਮੁਬਾਰਕਬਾਦ ਦੇਣਾ ਕਿ ਇਹਨੇ ਸ਼ੁਰੂਆਤ ਹੀ ਇਤਨੀ ਅੱਛੀ ਕੀਤੀ ਕਿ ਇਹਦੇ ਆਉਣੇ ਤੱਕ ਲੋਕ ਹੀ ਲੋਕ ਹੈ ਸਾਰੇ ਅਤਾਰ ਮੈਂ ਦਰਾਜ ਜਨਾਬ ਪੀਰ ਮਲਕ ਆਕਿਬ ਸਾਹਿਬ ਜ਼ਫਰੀ ਖਾਨ ਮੈਂ ਬਣਿਆ ਬਾਕੀ ਉੱਥੇ ਅਤਾਰ ਨੇ ਸੰਗੀ ਉੱਥੇ ਵੀ ਸੈਂਕੜੋ ਹਜ਼ਾਰਾਂ ਲੋਕ ਹੈ ਔਰ ਪਿਛਲੀ ਵਾਰ ਬੜਾ ਮੈਂ ਗਿਲਾ ਕੀਤਾ ਮੀਟਿੰਗ ਹੋਈ ਪਿੰਡੀ ਗਵਰਨਰ ਅਨੈਕਸੀ ਚ ਤੇ ਮੈਂ ਆਪਣੇ ਫਤਿਹਜੰਗ ਨੇ ਸੰਗੀਆਂ ਆਖਿਆ ਫਤਿਹਜੰਗ ਸ਼ਹਿਰ ਨੇ ਕਿ
ਤੁਸਾਂ ਓਵਰਸੀਜ਼ ਦਾ ਜਿਹੜਾ ਮੈਂ ਐਡਵਾਈਜ਼ਰ ਬਣਾ ਤੇ ਤੁਹਾਡੀ ਕਾਰਗਰਦਗੀ ਬੜੀ ਮਾਯੂਸ ਹੋਣੀ ਤੇ ਅੱਜ ਫਤਿਹ ਜੰਗ ਵਾਲੇ ਮੈਂ ਆਪਣੇ ਭਰਾਵਾਂ ਉਸ ਅਬਦੁੱਲਾ ਖਾਨ ਆਖਿਆ ਉਸ ਵੇ ਮੈਂ ਕੋਈ ਨਾ ਸਹਿਆ ਤੇ ਅੱਜ ਮੈਂ ਉਹਨਾਂ ਸਲੂਟ ਪੇਸ਼ ਕਰਨਾ ਖਰਾਜੇ ਤਹਿਸੀਨ ਪੇਸ਼ ਕਰਨਾ ਫਤਿਹ ਜੰਗ ਸ਼ਹਿਰ ਨੇ ਆਪਣੇ ਭਾਈਆਂ ਤਹਿਸੀਲ ਸਦਰ ਜਨਾਬ ਜ਼ਹੀਰ ਖਾਨ ਸਾਹਿਬ ਫਤਿਹ ਜੰਗ ਸ਼ਹਿਰ ਨੇ ਸਾਰਾ ਉਹਦਾ ਮੈਂ ਵੀ ਅਹਿਸਾਨ ਮੰਨਦਾ ਕਿ ਪਿਛਲੇ ਇਲੈਕਸ਼ਨ ਚ ਵੀ ਉਹਨਾਂ ਮੈਡੇ ਬਾਰੇ ਕੁਰਬਾਨੀ ਦਿੱਤੀ ਮੈਡੇ ਮੋਢੇ ਨਾਲ ਖੜੇ ਹੋਏ ਮਲਕ ਆਸਿਫ ਸਾਹਿਬ ਸਾਡੇ ਬਜ਼ੁਰਗ ਹਨ ਖਾਨਦਾਨ ਨੇ ਵੱਡੇ ਹਮੇਸ਼ਾ ਸ਼ਫਕਤ ਕੀਤੀ ਨੇ ਮਲਕ ਆਮਿਰ ਅਲੀ ਖਾਨ ਸਾਹਿਬ ਜਿਸ ਔਰ ਗਵਰਨਰ ਹਾਊਸ ਦਾ ਨੰਬਰ ਤੁਸਾਂ ਦਿਸਾ ਪੀਟੀਸੀਐਲ ਨੰਬਰ ਮੈਡਾ ਆਪਣਾ ਫੋਨ 9552588 ਤੁਸਾਂ ਜ਼ਬਾਨੀ ਯਾਦ ਹੈ 95 ਤੋਂ ਗਿਣ ਕੇ 2024 ਤੱਕ ਇਨ ਦੋਵੇਂ ਫੋਨ ਉਹਨਾਂ ਦੇ ਹੁਕਮੇ ਨਾਲ ਖੁੱਲੇ ਹੋ ਸਕ ਤੁਹਾਡਾ ਪੈਗਾਮ ਮਿਲ ਸੀ ਤੁਹਾਡੇ ਪੈਗਾਮ ਤੇ ਐਕਸ਼ਨ ਹੋ ਸੀ ਔਰ ਮੈਂ ਇਨਸ਼ਾਅੱਲਾ 10 ਦਿਨ ਬਾਅਦ 15 ਦਿਨ ਬਾਦ ਇਨਸ਼ਾਅੱਲਾ ਇੱਥੇ ਡੁਰਨਾਲ ਆ ਸਾਂ ਤੁਹਾਡੇ ਕੋਲ ਆ ਸਾਂ ਦਰਵਾਜ਼ੇ ਖੋਲ ਕੇ ਰੱਖ ਸਾਂ ਔਰ ਮੈਂ ਇਨਾ ਚਾਹੁੰਦਾ ਕਿ ਤੁਸੀਂ ਹਜ਼ਾਰਾਂ ਰੁਪਏ ਲਾ ਕੇ ਕਿ ਜਿਸ ਦੀ ਜੇਬਾਂ ਚ ਤਹਿਸੀਲਾਂ ਚ ਵਿਜਣੇ ਮਾਰੇ ਕਿਰਾਇਆ ਨਹੀਂ ਹਰ ਉਹ ਬੰਦਾ ਕਿ ਜਿਸ ਕੋ ਆਪਣੇ ਬੱਚੇ ਖਾਵਣੇ ਮਾਰੇ ਰੋਟੀ ਨਹੀਂ ਹਰ ਉਹ ਬੰਦਾ ਕਿ ਜਿਸ ਦੀ ਗਮ ਸੁਣਨੇ ਮਾਰੇ ਕੋਈ ਤਿਆਰ ਨਹੀਂ ਮੈਂ ਇਨਸ਼ਾਅੱਲਾ ਗਵਰਨਰ ਹਾਊਸ ਦੇ ਦਰਵਾਜ਼ੇ ਖੋਲ ਕੇ ਉਸ ਮਾਰੇ ਬੈਠਾ ਜਿਹੜੀ ਸਿਆਸਤ ਦਿੱਤੀ ਮਾੜੀ ਸ਼ਹਿਰ ਨਹੀਂ ਜਿੱਥੇ ਅਸਾਂ ਬਣਾ ਦਿੱਤਾ ਗਿਆ ਮੈਂ ਇਸ ਸਿਆਸਤ ਦੇ ਜ਼ਰੀਏ ਆਪਣੇ ਅੱਲਾ ਨਾਲ ਸੌਦਾ ਕੀਤਾ ਵਾ ਕਿ ਅਗਰ ਉਹ ਮਾਲਿਕ ਮੈਂ ਨੀਤਾਂ ਨਾ ਮਾਲਿਕ ਉਹ ਸਾਹਮਣੇ ਨੀਅਤ ਨਾ ਪਤਾ ਅਗਰ ਮੈਂ ਤੁਹਾਡੇ ਸਾਹਮਣੇ ਗੱਲਾਂ ਪਿਆ ਕਰੇ ਨਾ ਔਰ ਮੇਰੇ ਅੰਦਰੋਂ ਹੋ ਰਹੇ ਤੁਸਾਂ ਮੈਂ ਚੂਨਾ ਲੈਣਾ ਪਿਆ ਤੇ ਮੇਰੇ ਮਾਲਿਕ ਦਾ ਪਤਾ ਤੇ ਅਗਰ ਮੈਂ ਦਿਲ ਦੀਆਂ ਗੱਲਾਂ ਤੇ ਸਾਰਾ ਕੁਝ ਮੈਂ ਕਰਨਾ ਚਾਹੁੰਦਾ ਤੇ ਮਾਂ ਚ ਕੋਈ ਸ਼ੱਕ ਸ਼ੁਬਾ ਨਹੀਂ ਇਸ ਨੇ ਬਦਲੇ ਅੱਲਾ ਮਾਂ ਦੁਨੀਆਂ ਤੇ ਵੀ ਇੱਜ਼ਤ ਦੇ ਸੀ ਔਰ ਆਖਰਤ ਚ ਵੀ ਸੁਖਰੂਪ ਦੇ ਸੀ ਬੈਠੇ ਹੋਏ ਹੋ ਇਨਸ਼ਾਅੱਲਾ ਤੁਸੀਂ ਮੁਤਮਿਨ ਰਹੋ ਤੁਸੀਂ ਤੇ ਮੈਂ ਆਪੇ ਜੇ ਦੂਰ ਨਾ ਹੋ ਸਕੇ ਮੈਂ ਹਰ ਵੇ ਤੁਹਾਡੇ ਨਾਲ ਹਾਂ ਜਿੱਥੇ ਆਵਾਜ਼ ਮਰੇ ਸੋ ਤੁਹਾਡੇ ਨਾਲ ਹਾਂ ਤੁਸੀਂ ਇਤਨੀ ਤਾਦਾਦ ਚ ਇੱਥੇ ਆਏ ਹੋ ਹੀ ਬਣਾਲ ਵੀ ਸੜਕਾਂ ਤੱਕ ਭਰਿਆ ਉਹ ਪੱਟੀ ਵੀ ਸਾਰੀ ਭਰੀ ਪਈ ਤੇ ਪਿੱਛੇ ਸੜਕਾਂ ਵੀ ਬੜੀਆਂ ਪਈਆਂ ਮੈਂ ਸਮਝਣਾ ਇਸ ਤੋਂ ਬਾਅਦ ਕਿ ਮੈਂ ਮਾਰੇ ਸ਼ਹਿਰ ਕੋਈ ਵਾਸਤੇ ਆਪਣੇ ਸੂਬੇ ਵਾਸਤੇ ਆਪਣੀ ਕੌਮ ਵਾਸਤੇ ਐਸੇ ਕੰਮ ਕਰੀ ਕਿ ਜਿਸ ਦੀ ਵਜ੍ਹਾ ਤੋਂ ਤੁਹਾਡਾ ਸਿਰ ਫਖਰ ਨਾ ਬੁਲੰਦ ਹੋਵੇ ਔਰ ਮੈਂ ਆਪਣੇ ਪੂਰੇ ਹਲਕੇ ਦੀ ਅਕਲੀਤੀ ਬਰਾਦਰੀ ਨਾਲ ਬਹੁਤ ਸ਼ੁਕਰੀਆ ਅਦਾ ਕਰਨਾ ਕਿ ਅਸਾਂ ਇਹਦੇ ਬਾਰੇ ਕੁਝ ਵੀ ਨਹੀਂ ਕੀਤਾ ਲੇਕਿਨ ਇਹਨਾਂ ਇਲੈਕਸ਼ਨ ਚ ਵੀ ਇਲੈਕਸ਼ਨ ਤੋਂ ਬਾਅਦ ਵੀ ਹਰ ਜਗ੍ਹਾ ਸਾਡੀ ਆਵਾਜ਼ ਤੇ ਨਾ ਲੱਭ ਹੈ ਕਾਕਾ ਔਰ ਫੈਜ਼ਾਨ ਹੈਦਰ ਜਿਹੜਾ ਮੈਂਡਾ ਪੁੱਤਰ ਹੈ ਮੈਂਡਾ ਦਾਦਾ ਜਿਹੜੇ ਬਜ਼ੁਰਗ ਇੱਥੇ ਬੈਠੇ ਹੋਏ ਸਰਦਾਰ ਫਜ਼ਲ ਖਾਨ ਤੁਸਾਂ ਪਤਾ ਹਜ਼ਾਰਾਂ ਕਨਾਲਾਂ ਦਾ ਮਾਲਿਕ ਹੈ ਲੇਕਿਨ ਕਿਸੇ ਗਰੀਬ ਮੁਜ਼ੇਰੇ ਨਾਲ ਜ਼ੁਲਮ ਨਾ ਉਸ ਕੀਤਾ ਮੇਰਾ ਵਾਲਿਦ ਤੁਹਾਡੇ ਸਾਹਮਣੇ ਫਕੀਰੀ ਦੀ ਜ਼ਿੰਦਗੀ ਗੁਜ਼ਾਰ ਕੇ ਗਿਆ ਉਹਦੀਆਂ ਦੁਆਵਾਂ ਨਾਲ ਹੀ ਮੈਂ ਇੱਥੇ ਪਹੁੰਚਾ ਔਰ ਮੇਰੇ ਵਾਲਿਦ ਨੇ ਹੱਥੋਂ ਵੀ ਕੋਈ ਗਰੀਬ ਆਦਮੀ ਤੰਗ ਨਹੀਂ ਹੋਇਆ ਮੈਂ ਤੁਹਾਡੇ ਸਾਹਮਣੇ ਮੈਂ 54 ਸਾਲਾਂ ਜ਼ਿੰਦਗੀ 'ਚ
ਮੈਂ ਹੱਥੋਂ ਕਿਸੇ ਗਰੀਬ ਨਾਲ ਜ਼ੁਲਮ ਨਹੀਂ ਹੋਇਆ, ਬਲਕਿ ਗਰੀਬ ਦਿਲ ਨਾਲ ਲਾ ਕੇ ਮੈਂ ਸਕੂਨ ਮਹਿਸੂਸ ਕੀਤਾ। ਤੇ ਇਨਸ਼ਾਅੱਲਾ ਇਹ ਵੀ ਮੈਂ ਪੁੱਤਰ ਹੈ, ਇਹ ਤੁਹਾਡੀ ਖਿਦਮਤ ਭਰਪੂਰ ਤਰੀਕੇ ਨਾਲ ਕਰੇ ਸੀ, ਨਾ ਡਰ ਸੀ, ਨਾ ਝਿਜਕ ਸੀ, ਔਰ ਨਾ ਕਮਜ਼ੋਰ ਸੀ। ਦਿੱਤਾ ਤੇ ਮੈਂ ਖੁਦਾ ਹੀ ਗਵਾਹ ਹੈ ਕਿ ਮੈਂ ਅੱਧੇ ਘੰਟੇ ਚ ਵਜ਼ੀਰ ਬਣਿਆ। ਮੈਂ ਉਦੋਂ ਮੈਂ ਆਇਆ, ਅੱਧੇ ਘੰਟੇ ਚ ਮੈਂ ਕੋਲ ਨੋਟੀਫਿਕੇਸ਼ਨ ਨਜ਼ਫ ਨੇ ਅੰਦਰ ਆਇਆ ਤੇ ਆਖਿਆ ਗਿਆ, ਜੇ ਮੈਂ ਇਲੈਕਸ਼ਨ ਹਾਰਿਆ, ਮੈਂ ਇਲੈਕਸ਼ਨ ਹਾਰਿਆ ਕੋਈ ਨਾ, ਤੁਸੀਂ ਮੈਂ ਢੇਰ ਵੋਟ ਦਿੱਤੇ ਔਰ ਮੈਂ ਬਕਸੇ ਭਰ ਦਿੱਤੇ ਨੇ, ਉਸ ਚ ਕੋਈ ਕਮੀ ਪੇਸ਼ੀ ਨਹੀਂ, ਇਹ ਸਾਰੇ ਏਰੀਏ ਚ ਤਕਣ ਕੀ ਤੋਰ ਜਿੱਤ ਕੇ ਗਿਆ। ਹਾਲੀ ਇਸ ਯੂਨੀਅਨ ਕੌਂਸਲ ਚੋ ਮੈਂ 3700 ਦੀ ਲੀਡ ਹੈ, 5500 ਵੋਟ ਹੈ ਇੱਕ ਯੂਨੀਅਨ ਕੌਂਸਲ ਚੋ, ਇਸ ਵਕਤ ਸਾਰੀਆਂ ਮੈਂ ਜਿੱਤਿਆ। ਲੇਕਿਨ ਚਲੋ ਜੇ ਕੁਝ ਵੀ ਹੋਇਆ ਉਹ ਬਿਹਤਰ ਹੋਇਆ, ਤੁਹਾਡੇ ਮਾਰੇ ਵੀ ਬਿਹਤਰ ਹੋਇਆ, ਮੈਂਡੇ ਮਾਰੇ ਵੀ ਬਿਹਤਰ ਹੋਇਆ। ਉਹਨੇ ਆਖਿਆ ਆਖਿਆ ਕਹੀ, ਉਹਨੇ ਤੋਂ ਕਹਿਤਾ ਥਾ ਕਿ ਮੈਂ ਕਰਬਲਾ ਸੇ ਮਾਂਗ ਕੇ ਆਇਆ ਹੂੰ, ਤੇ ਮੈਂ ਕਈ ਤੇ ਤਨਕੀਦ ਨਾ ਕਰਨਾ ਚਾਹੁੰਦਾ, ਪਾਰਟੀ ਨੇ ਜਿਹੜੀ ਆਮ ਵਰਕਰ ਹੈ ਨਾ ਉਹਦੇ ਤੇ ਖੜਨੀ ਹੈ, ਔਰ ਅਟਕ ਦੀ ਇੱਜ਼ਤ ਚ ਅਗਰ ਪੀਪਲਸ ਪਾਰਟੀ ਇਜ਼ਾਫਾ ਕੀਤਾ ਤੇ ਫਿਰ ਅਟਕ ਵਾਲਿਆਂ ਤੇ ਫਰਜ਼ ਹੈ ਕਿ ਪੀਸੀ ਪ੍ਰੋਪਗੰਡੇ ਚ ਆਏ ਬਗੈਰ ਪਾਕਿਸਤਾਨ ਪੀਪਲਸ ਪਾਰਟੀ ਨੇ ਨਿਸ਼ਾਨ ਤੇ ਮੋੜਾ ਲੈਣ, ਤਾਂ ਹੀ ਅਟਕ ਦੀ ਮਹਿਰੂਮੀ ਦੂਰ ਹੋ ਸਕਦੀ, ਤਾਂ ਹੀ ਸਾਡੇ ਬੱਚਿਆਂ ਰੁਜ਼ਗਾਰ ਮਿਲ ਸਕਦਾ, ਤਾਂ ਹੀ ਸਾਡੀਆਂ ਸੜਕਾਂ ਬਣ ਸਕਦੀਆਂ, ਤਾਂ ਹੀ ਸਾਡੇ ਮਸਲੇ ਹੱਲ ਹੋ ਸਕਦੇ ਕਿ ਜਿਵੇਂ ਪੀਪਲਸ ਪਾਰਟੀ ਇਕਤਦਾਰ ਦੀ ਬਹੁਤ ਬੜੀ ਇੱਜ਼ਤ ਹੈ ਬੇਸ਼ੱਕ ਪੂਰੇ ਪੰਜਾਬ ਚ। ਅੱਜ ਉਸਤਾਦ ਸਾਹਿਬ ਦੀ ਮਿਹਰਬਾਨੀ ਨਾਲ ਤੁਸੀਂ ਜਿਹੜੇ ਸਭ ਤੋਂ ਵੱਡੇ ਇੱਕ ਅਹੁਦਾ ਉਸ ਤੇ ਬੈਠੇ ਹੋਏ ਹੋ, ਔਰ ਉਹ ਸ੍ਰੀ ਮਹਿੰਦਰ ਨਹੀਂ, ਇਹ ਸਾਡਾ ਚੇਰਾਮਣੇ ਵਾਲਾ ਹਰ ਗਰੀਬ ਆਦਮੀ ਗਵਰਨਰ ਹੈ ਇਨਸ਼ਾਅੱਲਾ। ਦਿਲ ਨਾਲ ਇੱਥੇ ਆਉਣਾ ਅੱਜ ਬਰਾਮੇ ਤੋਂ ਗਿਣ ਕੇ ਨਾਲ ਤੱਕ ਇਤਨੀ ਤਾਦਾਦ ਚ ਇਕੱਠਾ ਹੋਣਾ, ਇਸ ਨਾਲ ਯਕੀਨ ਕਰੋ ਮੈਂ ਕੋਈ ਜਵਾਬ ਹੀ ਨਹੀਂ। ਔਰ ਮੈਂ ਇਹ ਸਮਝਣਾ ਸਰਮਾਇਆ ਦੱਸਿਆ, ਤੁਸਾਂ ਵੀ ਦੱਸਣਾ, ਤੁਸਾਂ ਇਹ ਗੱਲ ਪਤਾ ਵੀ ਕਿ ਜਿਹੜੀ ਸੱਚੀ ਗੱਲ ਹੋਵੇ ਉਸਾਂ ਮੈਂ ਜਿਤਨਾ ਵੀ ਰੋਕਣੇ ਦੀ ਕੋਸ਼ਿਸ਼ ਕਰੀ, ਪਰ ਜਦ ਤੱਕ ਮੈਂ ਕਰ ਨਾ ਰਹੀ ਮੈਂ ਢੇਰ ਪਾਟਣਾ। ਸਿਆਸਤ ਵਿੱਚ ਛਈਆਂ ਛਪਾਲੀਆਂ ਲੈਣੀਆਂ ਭਾਈ ਵੋਟਾਂ ਖਰਾਬ ਨਾ ਹੋਣ, ਲੇਕਿਨ ਮੈਂ ਤਾਂ ਖੁਦਾ ਗਵਾਹ ਬਣਾ ਕੇ ਆਖਣਾ, ਮੈਂ ਖੁਦਾ ਗਵਾਹ ਬਣਾ ਕੇ ਆਖਣਾ, ਐਡਵਾਈਜ਼ਰ ਬਣਾ ਹੋ ਪਹਿਲੇ ਤੁਹਾਡੇ ਸਾਹਮਣੇ ਮੁਸ਼ਰਫ ਦੌਰ ਚ ਇੱਥੇ ਪੀਪਲਸ ਪਾਰਟੀ ਨੇ ਪਰਚਮ ਬੁਲੰਦ ਰੱਖਿਆ, ਪਰਚੇ ਹੋਏ, ਮੁਸ਼ਕਲਾਂ ਆਈਆਂ, ਲੇਕਿਨ ਮੈਂ ਖੁਦਾ ਗਵਾਹ ਬਣਾ ਕੇ ਆਖਦਾ ਕਿ ਮੈਂ ਸਾਰੇ ਅਮਲੇ ਚ ਜ਼ਿੰਦਗੀ ਚ ਕਈ ਬੰਦਿਆਂ ਬਣ ਕੇ ਉਸ ਅੱਗੇ ਆਪਣੀ ਜ਼ਬਾਨ ਨਹੀਂ ਲੁੜਕਾਈ ਕਿ ਮੈਂ ਹੀ ਸ਼ਹਿਦ ਹੋ।
ਨਾ ਮੈਂ ਐਮਐਲਏ ਨੇ ਟਿਕਟ ਚ ਕਈ ਨੀ ਮਿਹਨਤ ਕੀਤੀ, ਨਾ ਮੈਂ ਤਰੇ ਵਾਰ ਵਜ਼ਾਰਤ ਚ ਕਈ ਨੀ ਮਿਹਨਤ ਕੀਤੀ, ਨਾ ਮੈਂ ਜਿਵੇਂ ਆਪਣਾ ਐਡਵਾਈਜ਼ਰ ਬਣਨੇ ਨੇ ਟਾਈਮ ਚ ਕਈ ਨੀ ਮਿਹਨਤ ਕੀਤੀ, ਤੇ ਮੈਂ ਸੁਦਾ ਹਾਜ਼ਰ ਨਾਜ਼ਰ ਜਾਣ ਕੇ ਬੂਦੂ ਨੇ ਅੰਦਰ ਹੱਥ ਬੰਨੀ ਆਖਣਾ ਨਾ ਇਸ ਗਵਰਨਰਸ਼ਿਪ ਚ ਕਈ ਅੱਗੇ ਮੈਂ ਆਪਣੀ ਜੋਲੀ ਕਰ ਅਗਰ ਮੈਂ ਇਲੈਕਸ਼ਨ ਜਿੱਤ ਵੀ ਨਹੀਂ ਆ ਤੇ 130 or 32 ਐਮਐਲਏ ਵਨ ਪੰਜਾਬ ਨੇ ਜਾਂ 40 ਸਹੀ ਐਗਜੈਕਟ ਫਿਗਰ ਮੈਂ ਯਾਦ ਨਹੀਂ, ਮੈਂ ਉਹਨਾਂ 140 ਬੰਦਿਆਂ ਵਿੱਚ ਹੋਣੀ ਆ। ਲੇਕਿਨ ਅੱਜ ਸੀਟਾਂ ਤੇ ਮੈਂ ਪੰਜਾਬ ਮੈਂ ਗਵਰਨਰ ਉਸਤਾਦ ਸਾਧਮਾ ਬਣਾਇਆ ਉਪਰ ਪੂਰੇ ਪੰਜਾਬ ਚ ਇੱਕ ਹੈ।